ਮੈਂ ਇੱਕ ਪੰਜਾਬੀ ਦੀ ਕਹਾਵਤ ਆ ਨਾ, ਆਪਾਂ ਉਹ ਲੋਕ ਹਾਂ ਅਸੀਂ ਆਪਦੀ ਮਾਂ ਦੇ ਖਸਮ ਨਾਲ ਸਮਝੌਤਾ ਕਰ ਲੈਂਦੇ ਹਾਂ ਜੀ, ਦੂਜੇ ਤੋਂ ਗੱਲ ਛੱਡੋ। ਜਿਵੇਂ ਕਹਿੰਦੇ ਵੀ ਇੱਕ ਰਾਤ ਤਾਂ ਬੰਦਾ ਆਪਦੀ ਮਾਂ ਦੇ ਯਾਰ ਨੂੰ ਵੀ ਟੋਲਰੇਟ ਕਰ ਜਾਂਦਾ, ਅਸੀਂ ਉਹ ਬੰਦਿਆਂ ਦੇ ਵਿੱਚੋਂ ਆ ਗਏ ਜੀ, ਠੀਕ ਹੈ ਨਾ। ਇਸ ਕਰਕੇ ਅਸੀਂ ਬਹੁਤ ਵੱਡੇ ਹਿੱਤਾਂ ਦੀ ਰਾਖੀ ਕਰਨ ਵਾਲੇ ਲੋਕ ਨਹੀਂ, ਕਿਉਂਕਿ ਸਾਡਾ ਤਾਂ ਰਾਜਾ ਵੀ ਬਕਾਊ, ਵਜ਼ੀਰ ਬਕਾਊ, ਅਧਿਕਾਰੀ ਬਕਾਊ, ਵਪਾਰੀ ਬਕਾਊ, ਪੁਜਾਰੀ ਬਕਾਊ, ਦਰਬਾਰੀ ਬਕਾਊ। ਤੁਸੀਂ ਈਸਟ ਇੰਡੀਆ ਕੰਪਨੀ ਦੇ ਨਾਲ ਜਦੋਂ ਆਪਾਂ ਲੜੇ, ਆਪਾਂ ਨਹੀਂ ਲੜੇ, ਜਦੋਂ ਉਹ ਆਪਣੇ ਨਾਲ ਲੜੀ, ਆਪਣੇ 'ਤੇ ਕਬਜ਼ਾ ਕੀਤਾ। ਇੱਕ ਬੰਦੇ ਦਾ ਨਾਂ ਲੈ ਦਿਓ ਵੀ ਈਸਟ ਇੰਡੀਆ ਕੰਪਨੀ ਦਾ ਫਲਾਨਾ ਕਲਰਕ ਸੀ ਨਾ, ਰਿਸ਼ਵਤ ਦੇ ਕੇ ਆਪਦੇ ਹੱਕ 'ਚ ਕਰ ਲਿਆ ਸੀ। ਉਹਨਾਂ ਨੇ ਆਪਣਾ ਰਾਜਾ ਵੀ ਆਪਦੇ ਹੱਕ 'ਚ, ਵਜ਼ੀਰ ਵੀ ਹੱਕ 'ਚ, ਪੁਜਾਰੀ ਵੀ ਹੱਕ 'ਚ, ਦਰਬਾਰੀ ਵੀ ਹੱਕ 'ਚ, ਵਪਾਰੀ ਵੀ ਹੱਕ 'ਚ। ਤੁਸੀਂ ਹੈਰਾਨ ਹੋਵੋਗੇ ਕਿ ਪੰਜਾਬ ਦਾ ਓਮ ਚੰਦ ਸੀ ਜੀ, ਪੰਜਾਬ ਦਾ, ਉਹ ਉੱਥੇ ਪੈਸੇ ਦੇ ਕੇ ਆਇਆ ਸੀ ਲਾਰਡ ਕਲਾਈਵ ਨੂੰ। ਜਗਤ ਸੇਠ ਸੀ, ਜਗਤ ਸੇਠ ਰਾਜਸਥਾਨ ਦਾ, ਉਹਨੇ ਪੈਸੇ ਦਿੱਤੇ, ਫੌਜਾਂ ਦਿੱਤੀਆਂ। ਕਮਾਲ ਨਹੀਂ, ਕਦੇ ਸ਼ਕਲ ਨਹੀਂ ਵੇਖੀ, ਅਕਲ ਨਹੀਂ ਵੇਖੀ। ਕਲਰਕ ਬੰਦਾ ਜਿਹੜਾ ਤਿੰਨ ਵਾਰੀ ਜਿਹਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਅਤੇ ਚੌਥੀ ਵਾਰੀ ਆਤਮ ਹੱਤਿਆ ਕਰਕੇ ਹੀ ਮਰਿਆ, ਉਹਦੇ ਕੋਲ ਜਾ ਕੇ ਇਹਨਾਂ ਨੇ ਪੈਸੇ ਵੀ ਦਿੱਤੇ, ਇਹਨਾਂ ਨੇ ਫੌਜਾਂ ਵੀ ਦਿੱਤੀਆਂ, ਬੰਦੇ ਦਿੱਤੇ, ਦੇਸ਼ ਨੂੰ ਗੁਲਾਮ ਕਰਵਾਇਆ। ਜਿਹੜੀ ਸਾਡੇ ਦੇਸ਼ ਦੀ ਰਾਜ ਕਰਦਾ ਉਤਲੀ ਸ਼੍ਰੇਣੀ ਆ ਨਾ, ਉਹਨਾਂ ਨੂੰ ਕੋਈ ਮਤਲਬ ਨਹੀਂ ਦੇਸ਼ ਦਾ, ਜਿਹੜਾ ਕੋਈ ਮਰਜ਼ੀ ਦਾੜੀ ਪੱਟਦੇ ਆ ਇਹਦੇ ਸਾਨੂੰ ਚਾਹੀਦਾ ਵਿੱਚੋਂ। ਇਹ ਤਾਂ ਕੁੜੀਆਂ ਤੱਕ ਪੇਸ਼ ਕਰ ਦਿੰਦੇ ਸੀ। ਸਾਡੀ ਮਾੜੀ ਕਿਸਮਤ ਇਹ ਆ ਕਿ ਸਾਡੇ ਮੁਲਕ ਵਿੱਚ ਵੋਟਾਂ ਵੀ ਇਲੈਕਟ੍ਰੋਨਿਕਸ ਮਸ਼ੀਨਾਂ 'ਤੇ ਪੈਣ ਲੱਗ ਪਈਆਂ। ਹੁਣ ਇਲੈਕਟ੍ਰੋਨਿਕਸ ਜਿਹੜੀਆਂ ਵੋਟਾਂ ਵੋਟਿੰਗ ਮਸ਼ੀਨਾਂ ਨੇ, EVM ਜਿਹਨਾਂ ਨੂੰ ਕਹਿੰਦੇ ਆ, ਉਹਨਾਂ ਵਿੱਚ ਵੀ ਇਹ ਜਿਹੜੇ ਸਾਫਟਵੇਅਰ ਨੇ ਇਹ ਇਸਤੇਮਾਲ ਹੋ ਸਕਦੇ ਨੇ, ਬਲਕਿ ਮੈਂ ਤਾਂ ਕਹਾਂਗਾ ਹੋ ਰਹੇ ਨੇ। ਅਤੇ ਇਹ ਰਿਗਿੰਗ ਸਾਫਟਵੇਅਰ ਨੇ, ਅਤੇ ਇਹਨਾਂ ਦੇ ਨਾਲ ਵੋਟ ਪਾਉਂਦੇ ਤੁਸੀਂ ਕਿਸੇ ਪਾਰਟੀ ਨੂੰ ਹੀ ਹੋ। ਉਹ ਵੋਟ ਦਾ ਪਤਾ ਤੁਹਾਨੂੰ ਉਦੋਂ ਚੱਲਦਾ ਜਦੋਂ ਉਹ ਚਿੜੀ ਬਣ ਕੇ ਉੱਡ ਜਾਂਦੀ ਹੈ, ਉਹ ਜਾ ਕੇ ਕਿਹਦੇ ਛੱਜੇ 'ਤੇ ਬੈਠ ਜਾਂਦੀ ਹੈ। ਉਹ ਕਹਿੰਦੇ ਨਾ ਕਬੂਤਰ ਉਹਦਾ ਜਿਹਦੀ ਛਤਰੀ 'ਤੇ ਬੈਠਾ। ਅਤੇ ਉਹ ਕਹਿਣ ਦਾ ਮਤਲਬ ਇਹ ਹੈ ਕਿ ਇਹਦੇ ਨਾਲ ਰਿਗਿੰਗ ਦੇ ਚਾਂਸਿਸ ਬਹੁਤ ਜ਼ਿਆਦਾ ਹੋ ਗਏ ਨੇ। ਪਹਿਲਾਂ ਕੀ ਹੁੰਦਾ ਸੀਗਾ ਕਿ ਬੈਲਟ ਬਾਕਸ ਲੁੱਟ ਲਏ ਜਾਂਦੇ ਸੀ ਪਿੰਡਾਂ ਦੇ, ਪੂਰੇ ਪੂਰਾ ਪਿੰਡ ਦੇ ਬੈਲਟ ਬਾਕਸ ਲੁੱਟ ਲਏ ਜਾਂਦੇ ਸੀ। ਉਹਦੇ ਵਿੱਚ ਕੀ ਹੁੰਦਾ ਸੀ ਵੀ ਘੱਟੋ ਘੱਟ ਲੋਕਾਂ ਨੂੰ ਪਤਾ ਤਾਂ ਚੱਲਦਾ ਸੀ ਨਾ ਕਿ ਫਲਾਣੇ ਬੂਥ ਦੇ ਉੱਤੇ ਲੁੱਟ ਹੋ ਗਈ। ਹੁਣ ਤਾਂ ਪਤਾ ਹੀ ਨਹੀਂ ਚੱਲਦਾ। ਪਹਿਲਾਂ ਕਿਹਦੀ ਲੁੱਟ ਹੁੰਦੀ ਸੀ? ਬੜੇ ਗਰੀਬਾਂ ਦੀ, ਲਾਚਾਰ ਲੋਕਾਂ ਦੀਆਂ ਵੋਟਾਂ ਲੁੱਟੀਆਂ ਜਾਂਦੀਆਂ ਸੀ। ਹੁਣ ਤਾਂ ਮਤਲਬ ਸੂਬੇ ਦਾ DGP ਵੀ ਨਹੀਂ ਕਹਿ ਸਕਦਾ ਕਿ ਮੈਂ ਵੋਟ ਜਿਹਨੂੰ ਪਾਈ ਆ, ਦਾਅਵੇ ਨਾਲ ਉਹ ਵੀ ਨਹੀਂ ਕਹਿ ਸਕਦਾ ਕਿ ਮੈਂ ਉਸੇ ਹੀ ਪਾਰਟੀ ਨੂੰ ਗਈ ਆ। ਚੀਫ ਮਿਨਿਸਟਰ ਨਹੀਂ ਕਹਿ ਸਕਦਾ ਕਿ ਮੈਂ ਵੋਟ ਜਿਹਨੂੰ ਪਾਈ ਸੀ ਉਹਨੂੰ ਹੀ ਗਈ ਆ। ਹੁਣ ਤਾਂ ਬੜੇ ਬੜੇ ਪੜ੍ਹਿਆਂ ਲਿਖਿਆਂ ਦੀਆਂ ਵੋਟਾਂ ਵੀ ਜਿਹੜੀਆਂ ਨੇ ਪਾਉਂਦੇ ਕਿਸੇ ਨੂੰ ਚੱਲੀਆਂ ਕਿਸੇ ਕੋਲ ਜਾਂਦੀਆਂ ਨੇ। ਇਹ ਸਾਡੀ ਰਾਸ਼ਟਰੀ ਸੁਰੱਖਿਆ ਕੰਪਰੋਮਾਈਜ਼ ਹੋ ਗਈ ਆ। ਕੱਲ੍ਹ ਨੂੰ ਕਿਸੇ ਵਿਦੇਸੀ ਸੰਸਥਾ ਨੇ, ਕਿਸੇ ਗੁਪਤਚਰ ਏਜੰਸੀ ਨੇ ਜਾਂ ਕਿਸੇ ਵੱਡੇ ਕਾਰਪੋਰੇਟ ਘਰਾਣੇ ਨੇ ਸਾਡੇ ਦੇਸ਼ ਨੂੰ ਗੁਲਾਮ ਬਣਾਉਣ ਲੱਗੇ, ਤਾਂ ਗੁਲਾਮ ਬਣਾਉਣ ਲੱਗਿਆ ਮਿੰਟ ਵੀ ਨਹੀਂ ਲੱਗਣਾ। ਤੁਸੀਂ ਦੇਖਿਆ ਹੋਣਾ ਕਿ ਜਦੋਂ CAG ਦੀ ਰਿਪੋਰਟ ਆਈ ਸੀ ਵਿਨੋਦ ਰਾਏ ਦੀ, 1,76,000 ਕਰੋੜ ਦਾ 2G ਸਕੈਮ, ਬਾਅਦ ਵਿੱਚ ਅਦਾਲਤ ਨੇ ਕਿਹਾ ਕਿ ਉਹ ਸਕੈਮ ਤਾਂ ਹੋਇਆ ਹੀ ਨਹੀਂ ਸੀ। ਇੱਕ 1,86,000 ਕਰੋੜ ਦਾ ਕੋਲਗੇਟ ਸਕੈਮ ਆਇਆ ਸੀ ਕੋਲੇ ਦਾ, ਉਹ ਵੀ ਅਦਾਲਤ ਨੇ ਕਿਹਾ ਹੋਇਆ ਹੀ ਨਹੀਂ। ਜਦੋਂ ਉਹ ਸਕੈਮ ਤਾਂ ਹੋਇਆ ਹੀ ਨਹੀਂ ਕਿੱਧਰੋਂ, ਇੱਕ CAG ਦੀ ਰਿਪੋਰਟ ਆਈ, ਇੱਕ ਬੰਦੇ ਨੇ ਵਿਨੋਦ ਰਾਏ ਨੇ ਰਿਪੋਰਟਾਂ ਦਿੱਤੀਆਂ ਝੂਠੀਆਂ, ਅਤੇ ਸਰਕਾਰ ਬਦਲ ਗਈ ਮਨਮੋਹਨ ਸਿੰਘ ਜੀ। ਟੈਸਟ ਰਿਗਿੰਗ ਸਾਫਟਵੇਅਰ ਬਹੁਤ ਹੀ ਜ਼ਿਆਦਾ ਖਤਰਨਾਕ ਨੇ, ਔਰ ਦੁਨੀਆ ਦਾ ਸਭ ਤੋਂ ਪਹਿਲਾਂ ਟੈਸਟ ਰਿਗਿੰਗ ਸਾਫਟਵੇਅਰ ਬਣਾਇਆ 2004 ਦੇ ਵਿੱਚ ਬੋਸ ਕੰਪਨੀ ਨੇ, ਬਾਅਦ ਵਿੱਚ ਉਹਦਾ ਗਲਤ ਇਸਤੇਮਾਲ ਕੀਤਾ ਵੋਕਸਵੈਗਨ ਕੰਪਨੀ ਨੇ, ਔਰ ਕਰਕੇ ਉਹਨੇ $34 ਬਿਲੀਅਨ ਯਾਨੀ 3,00,000 ਕਰੋੜ ਤੋਂ ਵੱਡੇ ਘੁਟਾਲੇ ਨੂੰ ਜਨਮ ਦਿੱਤਾ। ਉਹਦੇ ਨਾਲ ਕੀ ਹੋਇਆ, ਟੈਸਟ ਰਿਗਿੰਗ ਸਾਫਟਵੇਅਰ ਆਉਣ ਦੇ ਨਾਲ ਹੀ ਨਾ ਇਹ ਜਿਹੜੀਆਂ ਇਲੈਕਟ੍ਰੋਨਿਕ ਦੀਆਂ ਮਸ਼ੀਨਾਂ ਨੇ ਨਾ, ਇਹ ਬੰਦਿਆਂ ਵਾਂਗ ਸੋਚਦੀਆਂ ਨੇ, ਇਹ ਦੇਖਦੀਆਂ ਨੇ, ਇਹ ਸੁਣਦੀਆਂ ਨੇ, ਇਹ ਮਹਿਸੂਸ ਕਰਦੀਆਂ ਨੇ, ਇਹ ਬੰਦਿਆਂ ਵਾਂਗ ਦਿਮਾਗਾਂ, ਜਿੱਦਾਂ ਬੰਦੇ ਦੇ ਦਿਮਾਗ ਸੋਚਦੇ ਆ ਉੱਦਾਂ, ਫਿਰ ਇਹ ਸਮਝਦੀਆਂ ਨੇ, ਸਮਝ ਕੇ ਫਿਰ ਇਹ ਬੇਈਮਾਨੀ ਕਰਦੀਆਂ ਨੇ। ਇੱਥੋਂ ਤੱਕ ਬੇਈਮਾਨੀ ਕਰਦੀਆਂ ਨੇ ਕਿ ਅਗਰ ਗਲਤੀ ਨਾਲ ਕੋਈ ਇੰਸਪੈਕਟਰ ਆ ਜਾਂਦਾ ਚੈੱਕ ਕਰਨ ਵਾਸਤੇ, ਤਾਂ ਮਸ਼ੀਨ ਨੂੰ ਪਤਾ ਚੱਲ ਜਾਂਦਾ ਇੰਸਪੈਕਟਰ ਆ ਗਿਆ, ਮਸ਼ੀਨ ਮਿੰਟਾਂ 'ਚ ਇਮਾਨਦਾਰ ਹੋ ਜਾਂਦੀ ਹੈ। 2004 ਦੇ ਵਿੱਚ ਉਹਨਾਂ ਨੇ ਬੋਸ ਕੰਪਨੀ ਕੋਲੋਂ ਇੱਕ ਟੈਕਨੀਕ ਲਿਆ, ਇੱਕ ਸਾਫਟਵੇਅਰ ਲਿਆ, ਉਹ ਸਾਫਟਵੇਅਰ ਦਾ ਉਹਨਾਂ ਨੇ ਗਲਤ ਇਸਤੇਮਾਲ ਕੀਤਾ ਜਾ ਕੇ 2007 ਅਤੇ 2008 ਦੇ ਵਿੱਚ। ਉਹਨਾਂ ਨੇ ਕੀ ਕੀਤਾ, ਆਪਣੀਆਂ ਕਾਰਾਂ 'ਚ ਉਹ ਸਾਫਟਵੇਅਰ ਲਾਤਾ, ਉਹ ਕਾਰਾਂ 'ਚ ਸਾਫਟਵੇਅਰ ਜਦੋਂ ਉਹਨਾਂ ਨੇ ਲਾਇਆ, ਉਹ ਕਾਰਾਂ ਨਾ ਦੇਖਣ ਲੱਗ ਪਈਆਂ, ਸੁਣਨ ਲੱਗ ਪਈਆਂ, ਸੁੰਘਣ ਲੱਗ ਪਈਆਂ, ਸੋਚਣ ਲੱਗ ਪਈਆਂ। ਜਦੋਂ ਹੀ ਉਹਨਾਂ ਨੂੰ ਪੋਲਿਊਸ਼ਨ ਸੈਂਟਰ 'ਤੇ ਜਾ ਕੇ ਖੜਾ ਕੀਤਾ ਜਾਂਦਾ ਸੀ ਨਾ, ਅਤੇ ਉਹ ਪੋਲਿਊਸ਼ਨ ਕਰਦੀਆਂ ਹੀ ਨਹੀਂ ਸੀ। ਅੱਛਾ, ਜਦੋਂ ਹੀ ਉਹ ਟੈਸਟ ਖਤਮ ਹੋ ਜਾਂਦਾ ਸੀ, ਉਹ ਧੜਾਧੜ 17 ਗੁਣਾ ਵੱਧ ਪੋਲਿਊਸ਼ਨ ਲੈਵਲ ਹੋ ਜਾਂਦਾ ਸੀ ਉਹਨਾਂ ਦਾ, ਨਾਈਟ੍ਰੋਜਨ ਡਾਈਆਕਸਾਈਡ ਦਾ ਲੈਵਲ 17 ਗੁਣਾ ਵੱਧ ਜਾਂਦਾ ਸੀ। ਔਰ ਈਵਨ ਰਸਤੇ ਵਿੱਚ ਖੜਿਆ ਹੋਇਆ ਵੀ ਇੰਸਪੈਕਟਰ ਜਦੋਂ ਉਹਨਾਂ ਨੇ ਦੇਖ ਲਿਆ ਕਾਰ ਨੇ ਕਿ ਉਹ ਇੰਸਪੈਕਟਰ ਖੜਾ, ਕਾਰ ਨੂੰ ਪਤਾ ਚੱਲ ਜਾਂਦਾ ਸੀ। ਜਦੋਂ ਹੀ ਇੰਸਪੈਕਟਰ ਰੋਕਦਾ ਸੀ, ਉਹ ਕਾਰ ਜਿਹੜੀ ਸੀ ਉਹ ਕੋਈ ਵੀ ਪੋਲਿਊਸ਼ਨ ਨਹੀਂ ਸੀ ਕਰਦੀ, ਉਹਦੀ ਰਿਪੋਰਟ ਆਉਂਦੀ ਸੀ ਕਲੀਨ। ਉਹਨਾਂ ਕਾਰਾਂ ਦਾ ਨਾਂ ਪੈ ਗਿਆ ਗ੍ਰੀਨ ਕਾਰਸ। ਔਰ ਦੇਖੋ ਉਹ ਕੰਪਨੀ ਕਿੱਡੀ ਬੜੀ ਹੈ, ਮਰਸੀਡੀਜ਼ ਉਹ ਬਣਾਉਂਦੀ ਹੈ, ਆਡੀ ਉਹ ਬਣਾਉਂਦੀ ਹੈ,
ਕੀ ਬੋਲਦੇ ਆ BMW ਉਹ ਬਣਾਉਂਦੀ ਹੈ, ਵਾਲਵੋ ਉਹ ਬਣਾਉਂਦੀ ਹੈ, ਸਕੋਡਾ ਉਹ ਬਣਾਉਂਦੀ ਹੈ, ਫਿਰ ਉਹਨਾਂ ਦਾ ਆਪਣਾ ਬ੍ਰਾਂਡ ਵੋਕਸਵੈਗਨ ਬਹੁਤ ਤਗੜਾ ਹੈ। ਉਸ ਕਾਬ ਉਹਨਾਂ ਨੇ ਕੀ ਕੀਤਾ ਕਿ ਦੁਨੀਆ ਜਹਾਨ ਦੇ ਲਾਇਸੈਂਸ ਮਿਲੇ ਉਹਨਾਂ ਨੂੰ ਬਾਅਦ, ਉਹਨਾਂ ਦਾ ਨਾਂ ਪੈ ਗਿਆ ਗ੍ਰੀਨ ਕਾਰਸ। ਲੋਕਾਂ ਨੇ ਇਹ ਕਿਹਾ ਜੀ ਇਹ ਟੈਕਨੋਲੋਜੀ ਦਾ ਨਵਾਂ ਸਿਖਰ ਆ ਗਿਆ, ਇਹਦੇ ਵਿੱਚ ਨਾਂ ਤੇ ਪੋਲਿਊਸ਼ਨ ਕਰ ਰਹੀਆਂ ਕਾਰਾਂ, ਐਵਰੇਜ ਵੀ ਇੰਨੀ ਜ਼ਿਆਦਾ ਦੇ ਰਹੀਆਂ। ਮੁੜ ਕੇ ਜਦੋਂ ਸਕੈਂਡਲ ਦਾ ਭੰਡਾ ਫੋੜ ਹੁੰਦਾ 27 ਸਤੰਬਰ 2015 ਨੂੰ, ਜਰਮਨੀ ਦੀਆਂ ਦੋ ਅਖਬਾਰਾਂ ਬਿਲਟ ਤੇ ਡਰ ਸਪੀਗਲ 'ਚ ਛਪਦਾ ਹੈ। ਅਗਲੇ ਦਿਨ 28 ਸਤੰਬਰ 2015 ਨੂੰ ਦੁਨੀਆ ਜਹਾਨ ਦੀਆਂ ਅਖਬਾਰਾਂ, ਉਹ ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਸ ਔਰ ਗਾਰਜੀਅਨ, ਲੰਡਨ ਮਿਰਰ, ਪਰਾਵਦਾ, ਚਾਈਨਾ ਡੇਲੀ, ਕੀ ਕਹਿੰਦੇ ਆ ਕੀਨੀਆ ਟ੍ਰਿਬਿਊਨ, ਦੁਨੀਆ ਜਹਾਨ ਦੀਆਂ ਅਖਬਾਰਾਂ ਦੇ ਵਿੱਚ ਇਹ ਖਬਰ ਛਪਦੀ ਆ। ਸਾਰੇ ਚੈਨਲ ਰਸ਼ੀਆ ਟੂਡੇ, ਅਲ ਜਜ਼ੀਰਾ, BBC, CNN ਸਾਰਿਆਂ 'ਤੇ ਹੱਲਾ ਮੱਚ ਜਾਂਦਾ। ਮੇਰੇ ਕੋਲ 435 ਅਖਬਾਰਾਂ ਦੀ ਅਤੇ ਰਿਸਰਚ ਮੈਗਜ਼ੀਨਾਂ ਦੀ ਲਿਸਟ ਪਈ ਆ ਜਿਹਦੇ ਵਿੱਚ ਇਹ ਸਾਰੇ ਸਕੈਂਡਲ ਦਾ ਵਰਣਨ ਕੀਤਾ ਗਿਆ। ਇਹਦੀ ਟੋਟਲ ਵੈਲਿਊ ਅੰਕੀ ਗਈ $34 billion, ਯਾਨੀ 3 ਲੱਖ ਕਰੋੜ ਤੋਂ ਜ਼ਿਆਦਾ। ਅਤੇ ਐਡਾ ਬੜਾ ਸਕੈਂਡਲ ਵੋਕਸਵੈਗਨ ਨੇ ਕੀਤਾ, ਉਹ ਟੈਕਨੋਲੋਜੀ ਸੀ ਟੈਸਟ ਰਿਗਿੰਗ ਸਾਫਟਵੇਅਰ, ਉਹਦੇ ਨਾਲ ਇਲੈਕਟ੍ਰੋਨਿਕ ਦੀਆਂ ਮਸ਼ੀਨਾਂ। ਹੁਣ ਦੇਖੋ ਤੁਹਾਡੇ ਕੋਲ ਇੱਕ ਮੋਬਾਈਲ ਫੋਨ ਆ, ਤੁਹਾਡਾ ਫੋਨ ਹੈ, ਤੁਹਾਡੇ ਕੋਲ ਇੱਕ ਲੈਪਟਾਪ ਹੈ, ਉਹ ਕਦੋਂ ਕਿਸੇ ਨੇ ਹਾਈਜੈਕ ਕਰ ਲੈਣਾ, ਕਦੋਂ ਕਿਸੇ ਨੇ ਮੈਨੀਪੁਲੇਟ ਕਰਨਾ? ਉਹ ਤਾਂ ਉਹਨੂੰ ਹੱਥ ਵੀ ਨਹੀਂ ਲਾਉਂਦੇ ਨਾ, ਉਹ ਤਾਂ ਪੇਚਕਸ ਨਾਲ ਖੋਲ੍ਹਦੇ ਨਹੀਂ ਕਦੀ, ਹੈ ਨਾ ਹੀ ਉਹ ਤੁਹਾਡੇ ਘਰ ਆਉਂਦੇ ਆ ਮੈਨੂੰ ਆਪਣਾ ਰਿਪੇਅਰ ਕਰਨ ਵਾਸਤੇ ਆਪਣਾ ਲੈਪਟਾਪ ਦੇ ਦਿਓ। ਇਸ ਤੋਂ ਬਿਨਾਂ ਵੀ ਉਹ ਸਾਰੇ ਹੈਕ ਹੋ ਜਾਂਦੇ ਆ, ਅਤੇ ਮਸ਼ੀਨਾਂ ਤਾਂ ਪਈਆਂ ਹੀ ਉਹਨਾਂ ਕੋਲ ਨੇ। ਫਿਰ ਪੰਜਾਬ ਦੇ ਵਿੱਚ ਤਾਂ ਸਰਕਾਰ ਆਮ ਆਦਮੀ ਦੀ ਨਹੀਂ ਸੀ ਆਉਣੀ ਚਾਹੀਦੀ, ਫਿਰ ਤਾਂ ਉਹਨਾਂ ਦੀ ਆਪਣੀ ਪਸੰਦ ਦੀ ਹੁੰਦੀ ਜਿਹਨੇ ਦੱਸੇ ਤਾਕਤ। ਤੁਸੀਂ ਮੈਨੂੰ ਦੱਸੋ ਪੰਜਾਬ ਦੀਆਂ 13 ਲੋਕ ਸਭਾ ਦੀਆਂ ਸੀਟਾਂ ਦੇਸ਼ ਦੀਆਂ 543 ਸੀਟਾਂ ਦੇ ਸਾਹਮਣੇ ਔਕਾਤੀ ਕੀ ਰੱਖਦੀ? ਜੇ ਕੋਈ ਛੋਟਾ ਮੋਟਾ ਸਟੇਟ ਕਿਸੇ ਨੇ ਵਿਧਾਨ ਸਭਾ, ਹੁਣ ਦੇਖੋ ਵਿਧਾਨ ਸਭਾ ਦੇ ਵਿੱਚ ਕਰਨਾਟਕਾ ਦੇ ਵਿੱਚ ਇੱਕ ਰੂਲਿੰਗ ਪਾਰਟੀ ਹਾਰ ਜਾਂਦੀ ਹੈ, ਦੂਜੀ ਪਾਰਟੀ ਜਿੱਤ ਲੈਂਦੀ ਹੈ, ਅਸਲੀ ਲੜਾਈ ਤਾਂ 24 'ਚ ਹੋਣੀ ਹੈ। ਜੇ ਅਗਲੀਆਂ ਵੀ 5 ਸਟੇਟਾਂ ਦੀ ਇਲੈਕਸ਼ਨ ਆ ਰਹੀ ਹੈ, ਜੇ ਉਹਦੇ 'ਚ ਵੀ ਉਹ 4 ਸਟੇਟਾਂ ਹਾਰ ਜਾਂਦੇ ਆ ਤਾਂ ਕੋਈ ਬੜਾ ਮੁੱਦਾ ਨਹੀਂ ਹੈਗਾ, ਜਿੱਤਣਾ ਤਾਂ 24 ਦੇ ਇਲੈਕਸ਼ਨ 'ਚ ਨਾ, ਮੇਨ ਤਾਂ ਜ਼ੋਰ ਤਾਂ 24 ਦੇ ਇਲੈਕਸ਼ਨ 'ਚ ਜਿੱਤਣਾ। ਬਲਕਿ ਜੇ ਉਹ 4-5 ਸਟੇਟਾਂ ਹਾਰ ਜਾਂਦੇ ਨੇ ਅਤੇ ਉਹ EVM ਮਸ਼ੀਨਾਂ 'ਤੇ ਉਂਗਲੀ ਨਹੀਂ ਉੱਠਦੀ, ਅਤੇ ਇਹ ਇੱਕ ਨੀਤੀ ਵੀ ਤਾਂ ਹੋ ਸਕਦੀ ਹੈ ਨਾ, ਇੱਕ ਚਾਲ ਵੀ ਤਾਂ। ਵੱਖ ਸਮਿਆਂ ਦੇ ਉੱਪਰ ਠੱਗੀ ਮਾਰਨ ਦੇ ਵੱਖ ਵੱਖ ਤਰ੍ਹਾਂ ਦੇ ਢੰਗ ਤਰੀਕੇ ਰਹੇ ਨੇ। ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਕੋਈ ਵਿਦੇਸ਼ ਤੋਂ ਕਾਲ ਆਉਂਦੀ ਸੀ, ਕਿਸੇ ਦੇ ਬੈਂਕ ਖਾਤੇ ਨੂੰ ਖਾਲੀ ਕਰ ਦਿੱਤਾ ਜਾਂਦਾ ਸੀ ਜਾਂ ਹੋਰ ਵੱਖ ਵੱਖ ਤਰੀਕੇ ਸਨ, ਪਰ ਹੁਣ ਤਾਜ਼ਾ ਮਾਮਲਾ ਦਿੱਲੀ ਦਾ ਸੀ ਜਿਸ ਦੇ ਵਿੱਚ ਸਿਰਫ ਇੱਕ ਫੋਨ ਕਰਕੇ ਜਿਵੇਂ ਹੀ ਉਕਤ ਵਿਅਕਤੀ ਨੇ ਫੋਨ ਕੀਤਾ ਤਾਂ ਜਵਾਬ ਦੇਣ ਵਾਲੇ ਨੇ ਹੈਲੋ ਕਿਹਾ, ਤਾਂ ਉਸ ਤੋਂ ਬਾਅਦ 'ਚ ਉਸਦਾ 50 ਲੱਖ ਰੁਪਇਆ ਉੱਡ ਗਿਆ। ਪਰ ਹੁਣ ਜਿਹੜੇ ਇਹ ਠੱਗੀਆਂ ਨੇ ਕਿਸ ਹੱਦ ਤੱਕ ਚਲੀਆਂ ਗਈਆਂ ਨੇ, ਤੁਹਾਡਾ ਜਿੱਥੇ ਬੇਸ਼ਕੀਮਤੀ ਖਜ਼ਾਨਾ ਹੈ ਬੈਂਕ ਦੇ ਵਿੱਚ ਪਿਆ, ਰੁਪਇਆ ਪੈਸਾ ਜਿੱਥੇ ਉਸ ਨੂੰ ਜਿਹੜੀ ਸੰਨ ਲੱਗ ਸਕਦੀ ਹੈ, ਉਸ ਦੇ ਨਾਲ ਨਾਲ ਤੁਹਾਡੀਆਂ ਨਿੱਜੀ ਜਾਣਕਾਰੀਆਂ ਨੂੰ ਸੰਨ ਲੱਗ ਸਕਦੀ ਹੈ, ਤੁਹਾਡਾ ਨਿੱਜੀ ਡਾਟਾ ਜਿਹੜਾ ਚੋਰੀ ਹੋ ਸਕਦਾ, ਇਸ ਤੋਂ ਅੱਗੇ ਵੱਧਦੀ ਹੋਈ ਜਿਹੜੀ ਇਹ ਮਾਰੂ ਤਕਨੀਕ ਕਹੀ ਜਾਵੇਗੀ, ਇੱਥੋਂ ਤੱਕ ਨੁਕਸਾਨ ਹੋ ਸਕਦਾ ਜਨਤਾ ਦਾ, ਇੱਕ ਪੂਰਾ ਦੇਸ਼ ਗੁਲਾਮ ਬਣਾਇਆ ਜਾ ਸਕਦਾ ਇਸ ਤਕਨੀਕ ਨਾਲ, ਬਹੁਤ ਹੀ ਖਤਰਨਾਕ ਤਕਨੀਕ ਹੈ। ਰਿਆਂ ਬਾਪੂ ਬਲਕੌਰ ਸਿੰਘ ਜੀ ਅਤੇ ਡਾਕਟਰ ਬਲਵਿੰਦਰ ਸਿੰਘ ਔਲਖ ਜਿਹੜੇ ਸਮੇਂ ਤੇ ਆਪਣੇ ਦੇਸ਼ ਦੀਆਂ ਸਮੱਸਿਆਵਾਂ ਨੂੰ ਲੈ ਕੇ ਚਿੰਤਤ ਵੀ ਹੁੰਦੇ ਨੇ ਅਤੇ ਚਿੰਤਨ ਵੀ ਕਰਦੇ ਨੇ, ਅਤੇ ਆਪਣੇ ਲੋਕਾਂ ਨੂੰ ਇਸ ਦੇਸ਼ ਨੂੰ ਅੱਗੇ ਲੈ ਜਾਣ ਲਈ ਪੂਰਾ ਹਰ ਹੀਲਾ ਉਹ ਵਰਤਣ ਦੀ ਕੋਸ਼ਿਸ਼ ਕਰਦੇ ਨੇ। ਆਪਾਂ ਪਹਿਲਾਂ ਗੱਲਬਾਤ ਕਰਾਂਗੇ ਡਾਕਟਰ ਔਲਖ ਹੋਣਾ ਨਾਲ। ਪਿਛਲੇ ਦਿਨੀ ਇਹਨਾਂ ਨੇ ਇਹ ਜਿਹੜੀ ਖਾਸ ਤਕਨੀਕ ਆ ਰਹੀ ਜਿਸ ਦੇ ਵਿੱਚ ਵੱਡਾ ਨੁਕਸਾਨ ਹੋ ਸਕਦਾ ਇੱਕ ਬੰਦੇ ਨੂੰ ਨਹੀਂ ਪੂਰੇ ਦੇਸ਼ ਨੂੰ, ਦੇਸ਼ ਗੁਲਾਮ ਹੋਣ ਤੱਕ ਜੀਆਂ ਜਿਹੜੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ। ਡਾਕਟਰ ਸਾਹਿਬ, ਜਿਸ ਤਰ੍ਹਾਂ ਕਿਹਾ ਜਾਂਦਾ ਬਾਪੂ ਬਲਕੌਰ ਸਿੰਘ ਜੀ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਇੱਕ ਦੇਸ਼ ਗੁਲਾਮ ਹੋ ਸਕਦਾ ਜਿਹੜੀ ਨਵੀਂ ਤਕਨੀਕ ਹੁਣ ਤਾਜ਼ਾ ਮਾਮਲਾ, ਅਤੇ ਉਸ ਤਕਨੀਕ ਬਾਰੇ ਦੱਸੋ ਕਿਸ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਸਕਦਾ ਸਾਡੇ ਦੇਸ਼ ਭਾਰਤ ਨੂੰ? ਦੇਖੋ, ਇਹ ਸਾਰਾ ਕੁਛ ਇਲੈਕਟ੍ਰੋਨਿਕਸ ਦਾ ਖੇਲ ਹੈ ਜੀ। ਇਲੈਕਟ੍ਰੋਨਿਕਸ ਨਾ ਇੱਕ ਬੜੀ ਹੀ ਵਿਸਤ੍ਰਿਤ ਸੈਂਸ, ਮੈਂ ਵਿਸਤ੍ਰਿਤ ਸ਼ਬਦ ਯੂਜ਼ ਕਰ ਰਿਹਾ, ਇੱਕ ਹੁੰਦੀ ਹੈ ਐਡਵਾਂਸਡ, ਐਡਵਾਂਸਡ ਤਾਂ ਇਹ ਹੈ ਹੀ ਆ, ਪਰ ਇਹਦੇ ਨਾਲ ਇਹ ਬਹੁਤ ਹੀ ਜ਼ਿਆਦਾ ਫੈਲ ਗਈ ਆ, ਇਹਦਾ ਫੀਲਡ ਬਹੁਤ ਜ਼ਿਆਦਾ ਵੱਡਾ ਹੋ ਗਿਆ। ਔਰ ਇਹਦੇ ਵਿੱਚ ਕੀ ਹੋਇਆ ਕਿ ਕੋਈ ਵੀ ਇਲੈਕਟ੍ਰੋਨਿਕ ਮਸ਼ੀਨ ਉਹਦੇ ਵਿੱਚ ਖਾਸ ਕਿਸਮ ਦੇ ਸਾਫਟਵੇਅਰ ਬਣ ਗਏ ਨੇ ਜਿਨ੍ਹਾਂ ਨੂੰ ਰਿਗਿੰਗ ਸਾਫਟਵੇਅਰ ਕਹਿੰਦੇ ਨੇ। ਉਹਨਾਂ ਰਿਗਿੰਗ ਦਾ ਮਤਲਬ ਹੁੰਦਾ ਠੱਗੀ ਮਾਰਨੀ, ਕਿਸੇ ਨੂੰ ਧੋਖਾ ਦੇਣਾ। ਇਹ ਠੱਗੀ ਮਾਰਨ ਵਾਲੇ ਸਾਫਟਵੇਅਰਾਂ ਦੇ ਜ਼ਰੀਏ ਸਾਰਾ ਖੇਲ ਹੁੰਦਾ, ਲੋਕਾਂ ਦੇ ਬੈਂਕਾਂ 'ਚੋਂ ਪੈਸੇ ਸਾਫ਼ ਕਰ ਦਿੱਤੇ ਜਾਂਦੇ ਨੇ। ਜਿਵੇਂ ਕਿ ਹੁਣ ਆਪਾਂ ਜ਼ਿਕਰ ਤੁਸੀਂ ਜ਼ਿਕਰ ਕਰ ਰਹੇ ਸੀ ਵੀ ਖਾਲੀ ਇੱਕ ਕਾਲ ਆਉਂਦੀ ਹੈ, ਤੁਸੀਂ ਹੈਲੋ ਬੋਲਦੇ ਹੋ ਅਤੇ 50 ਲੱਖ ਰੁਪਇਆ ਕਿਸੇ ਦੇ ਬੈਂਕ 'ਚ ਉੜ ਗਿਆ। ਥੋੜ੍ਹੇ ਦਿਨ ਪਹਿਲਾਂ ਲੁਧਿਆਣੇ ਦੇ ਵਿੱਚ 29 ਲੜਕੇ ਲੜਕੀਆਂ ਪਕੜੇ ਗਏ ਨੇ, ਕਮਿਸ਼ਨਰ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਉਹ ਵੀ
ठगियां ही मारते सी वो बाहरले मुल्कां च लोकां दे बैंकां दे खातियां चों पैसे उड़ाउंदे सी और उत्थों देखिया होना कि झारखंड ते छत्तीसगढ़ की सरहद दे उत्ते दो पिंड ने उन्हां दे सत सत अठ अठ साल के अनपढ़ बच्चे भी ठगियां मारते हैं और इहो जिहियां बहुत सारियां फर्मां सिंगापुर विच ते मालदीव्स दे विच ते होर मुल्कां विच काम कर रही ने हांगकांग दे विच काम कर रही ने पैसे उड़ के कदों चाइना पहुँच जाते हैं कदों सिंगापुर पहुँच जाते हैं कदों किसी होर मुल्क पहुँच जाते हैं पता भी नहीं चलता। ये हुण दुख की गल है कि ये चीज़ां ने लोगों के डाटे चुरा ले जाते हैं परसनल डाटे चुरा ले जाते हैं सरकारां दे बड़े ही गोपनीय डाटे चुरा ले जाते हैं और तुसां देखिया होना कि विकीलीक्स संस्था ने सारियां सरकारां दे डाटे चुरा ले सी और इस तों बाद की होया कि ये क्योंकि इलैक्ट्रॉनिक्स का खेल है साड़ी माड़ी किस्मत यह आ कि साडे मुल्क विच वोटां भी इलैक्ट्रॉनिक्स मशीनां ते पैण लग पईआं हुण इलैक्ट्रॉनिक्स जिहड़ियां वोटां वोटिंग मशीनां ने EVM जिन्हां नूं कहिंदे आ उहनां विच भी ये जिहड़े सॉफ्टवेयर ने ये इस्तेमाल हो सकदे ने बल्कि मैं तां कहांगा हो रहे ने ते ये रिगिंग सॉफ्टवेयर ने ते इहनां दे नाल वोट पाउंदे तुसीं किसे पार्टी नूं हो वो वोट का पता तुहानूं उदों चलदा जदों वो चिड़ी बन के उड़ जांदी आ वो जाके किहदे छज्जे ते बैठ जांदी आ वो कहिंदे ना कबूतर उहदा जिहदी सतरी ते बैठा ते वह कहण दा मतलब ये है कि इहदे नाल रिगिंग होदे चांसिस बहुत ज़्यादा हो गए ने पहला की हुंदा सीगा कि बैलट बॉक्स लुट ले जांदे सी पिंडां दे पूरे पूरा पिंड दे बैलट बॉक्स लुट ले जांदे सी उहदे विच की हुंदा सी वी घट्टो घट्ट लोकां नूं पता ते चलदा सी ना कि फलाने बूथ दे उत्ते लुट हो गई हुण तां पता ही नहीं चलदा पहला किहदी लुट हुंदी सी बड़े गरीबां दी लाचार लोकां दीआं वोटां लुटियां जांदियां सी हुण ते मतलब सूबे दा DGP भी नहीं कह सकदा कि मैं वोट जिन्हों पाई आ दावे ना वो भी नहीं कह सकता कि मैं उस ही पार्टी नूं गई आ चीफ मिनिस्टर नहीं कह सकता कि मैं वोट जिन्हों पाई सी उन्हों ही गई आ हुण तां बड़े बड़े पढ़िया लिखिया दीआं वोटां भी जिहड़ियां ने पाउंदे किसे नूं चलियां किसे को जांदियां ने सानूं दुख ये गल दा नहीं है सानूं दुख ये गल दा है कि इतिहासक तौर दे उत्ते असीं बड़े खतरनाक दौर विच आ गए हैं क्योंकि साडे कोल कुछ संस्थावां ने जिवें राष्ट्रीय स्वयं सेवक संघ है एक राष्ट्रवादी संस्था है साडे कोल दिल्ली विच एक सरकार बैठी हुई है नरेंद्र मोदी जी की वो एक राष्ट्रवादी सरकार है असीं उन्हां नूं अपील करना चाहुंदे हां कि इस गल दा संज्ञान लो क्योंकि तुसीं राष्ट्रवाद दे मुद्दे नूं समर्पित ही हो इन्हां मशीनां ने साडी राष्ट्रीय सिक्योरिटी दे उत्ते बहुत वड्डा खतरा खड़ा कर दिता एडा वड्डा खतरा खड़ा कर दिता वा कि ये साड़ी राष्ट्रीय सुरक्षा कंप्रोमाइज़ हो गई है कल नूं किसी विदेशी संस्था ने किसी गुप्तचर एजेंसी ने जां किसी वड्डे कारपोरेट घराने ने साडे देश नूं गुलाम बनाउण लगे तां गुलाम बनाउण लग्या मिंट भी नहीं लगना तुहां देखिया होना कि जदों CAG की रिपोर्ट आई सी विनोद राय की 1,76,000 करोड़ का 2G स्कैम बाद विच अदालत ने कहा कि उस स्कैम तो होया ही नहीं सी एक 1,86,000 करोड़ का कोलगेट स्कैम आया ही कोले का वो भी अदालत ने कहा होया ही नहीं जदों उस स्कैम तो होए ही नहीं किधरों एक CAG की रिपोर्ट आई एक बंदे ने विनोद राय ने रिपोर्टां दित्तियां झूठियां ते सरकार बदल गई मनमोहन सिंह ते जे किते किसी ने वड्डे ने क्योंकि अजकल साडे जिहड़े मंत्री ने रूलिंग पार्टी दे वो जॉर्ज सोरस वर्गे बंदियां दे खिलाफ प्रेस कॉन्फ्रेंसां कर रहे ने उस दिन स्मृति ईरानी ने कॉन्फ्रेंस की जॉर्ज सोरस के खिलाफ ते जे जॉर्ज सोरस ने किते 15,000-20,000 25,000-50,000 करोड़ रुपया इधर नूं फ्लो करवा दिता क्योंकि उहदे वास्ते तां वो 10 रुपये भी नहीं रखते मायने जिड्डा वो अमीर हैगा ते कल नूं जे सारा धड़ा इलैक्शन कमीशन ही किसी ने हाईजैक कर लिया ते इत्थे सरकार ते वह बन गई जिहड़ी तुसीं सुपने च भी ना सोची होए ते सारे मुल्क च अफरा तफरी मच जाएगी इस करके नरेंद्र मोदी जी तुसी एक राष्ट्रवादी बंदे हो तुहाडे तों सानू बड़ियां उम्मीदां ने तुसी सब तों पहलां EVM मशीनां ते बैन लगाओ क्योंकि राष्ट्रीय सुरक्षा लई बड़ा वड्डा खतरा ने और राष्ट्रीय स्वयं सेवक संघ उहदे ते सानू बड़ियां उम्मीदां ने असीं इह चाहुंदे आ कि राष्ट्रीय स्वयं सेवक संघ उहनां दे तां नां दे नाल ही शब्द राष्ट्रीय जुड़िया होया ते राष्ट्रीय सुरक्षा नूं खतरा है ते उह प्लीज़ इहदा संज्ञान लैण ते इह लड़ाई उहनां दी आ जे कोई भी छोटी मोटी गल हुंदी है मैं इस जिथे अपने रिंगिंग मशीनां टेस्ट मशीनां दी आपां गल कर रहे हैं वो एक भी सवाल आ रहा तुसी RSS की गल कर रहे हो तुसी BJP की गल कर रहे हो जिहड़ियां दूसरियां जिन्नियां भी पार्टियां ने वो तो एक लहजे कह रहे हैं कि सारा फिरकू जिन्ना फसाद की जाड़ी ये नेगियां तो तुहाडे आम तौर पर सुर जिहड़े ने जदों भी गलबात का मौका मिले है तुसी एक भारत नूं अगे लियाण वालियां गल्लां तुहाडियां हुंदियां ने पर इस तरह लगता कितने ना कितने RSS प्रति तुसी नर्म लग रहे हो
हाँ मैं RSS प्रति नरम है, उसकी वजह यह है कि इस संस्था के नाल मैं किधरे जुड़िया रहा और इस संस्था ने मेरी उस समय मदद की थी जदों मतलब मैनू मेरे नाल कोई नहीं सी खड़ा, तो एक सॉफ्ट कॉर्नर मेरा RSS ना है और शायद हमेशा बनया रहेगा। मैं चाहता ये संस्था जी ना राष्ट्रवाद के मुद्दे लेके अगे वधे, तो एक सॉफ्ट कॉर्नर मेरा है वा। तो दूजी गल कि राष्ट्रीय सुरक्षा का मुद्दा EVM मशीन साड़िया देश दियाँ दुश्मन ने, इस करके मैं तो कहना कि ये उत्ते कांग्रेस भी लड़े, आम आदमी पार्टी भी लड़े, समाजवादी पार्टी भी लड़े, BJP भी लड़े, ये सारे रल के सारे का मुद्दा है, देश की सुरक्षा का मुद्दा। तुसा देखा होना कि जो अंग्रेज आए थे व्यापार करना आए थे ना, तो मुड़ के कब्जा करके बह गए और ये बारे इतिहासक तौर पर जानकारी बापू बलकौर सिंह गिल दे सकते ना ज़्यादा, तो क्योंकि ये मशीन भी खरे कि साजिश के तहत इतने प्लांट की गई, देश में देश के उत्ते किसी विदेशी ताकत का कब्जा कराने वास्ते प्लान किए गए। एक होर चीज़ जी मैं मिस कर गया यह है कि अं रिगिंग सॉफ्टवेयर की गल की है, उस तो बाद एक नवी तरह के सॉफ्टवेयर आए, वो आए टेस्ट रिगिंग सॉफ्टवेयर। टेस्ट रिगिंग सॉफ्टवेयर बहुत ही ज़्यादा खतरनाक ने और दुनिया का सब तो पहला टेस्ट रिगिंग सॉफ्टवेयर बनाया 2004 बॉस कंपनी ने, बाद गलत इस्तेमाल किया Volkswagen कंपनी ने और करके उन्हें $34 billion यानी 3 लाख करोड़ तो व्डे घोटाले में जन्म दिता। वो की होया टेस्ट रिगिंग सॉफ्टवेयर आने के ही ना जिहड़ियां इलैक्ट्रॉनिक दियां मशीनां ने ना बंदियां वांग सोचदियां ने, यह देखदियां ने, यह सुनदियां ने, यह महसूस करदियां ने, यह बंदियां वांग दिमागां जिदा बंदे दे दिमाग सोचदे आ उदां फिर ये समझदियां ने, समझ के फिर ये बेईमानी करदियां ने। इत्थों तक बेईमानी करदियां ने कि अगर गलती नाल कोई इंस्पैक्टर आ जांदा चैक करन वास्ते ते मशीन नूं पता चल जांदा इंस्पैक्टर आ गया, मशीन मिंटां च ईमानदार हो जांदी है और जदों ही वह इंस्पैक्टर कमरे चों निकल के बाहर जांदा मशीन नूं पता चल जांदा इंस्पैक्टर चला गया हुण वोटां पाउण वाले आ गए ने, मशीन उस वेले बेईमान हो जाती है। इस करके ये मशीनां ते इन्नियां चलाक ने, बंदियां नालों भी तेज़ ने, यह बेईमानी की हद तक ने, इन्हां नूं तां सानूं बदलना ही चाहिए। कल नूं किसी जॉर्ज सोरस वर्गे ने जां किसी विदेशी संस्था ने, इलैक्शन कमीशन की आ 3 बंदियां दी एक कमेटी है, टोटल 3 बंदे है, जे 3 बंदे नाल होर जोड़ दिए 6 बंदे हो गए, टैक्नोक्रैट भी जोड़ दिए तो 6 बंदे हो गए, 2-4 बंदे होर जोड़ दिए 10 बंदे। एक जॉर्ज सोरस वर्गियां वास्ते 10 बंदियां नूं खरीदना कड़ी बड़ी गल आ, 1000-1000 करोड़ चना विकणगे, 5-5000 करोड़ च विक जाएंगे, 10-10000 करोड़ च विकन जाएंगे, वो वास्ते 1 लाख करोड़ रुपया खर्चना भी कड़ी वड्डी गल आ। अगर कोई यहोजा बंदा साडी मुल्क दे विच सरकार पलटन ते आ गया जां कोई विदेशी संस्था आ गई तो असीं की कर लवांगे। इस तो पहले नरेंद्र मोदी जी एक राष्ट्रवादी बंदे हो, तुसीं तुहाडी पार्टी राष्ट्रवाद के मुद्दे पर खड़ी स्टैंड लेंदी है, RSS नूं असीं अपील करते हैं कि इन्हां मशीनों का विरोध करो, इन्हां नूं इत्थों दफा करो जी। तो डॉक्टर साहब तुसीं कारां बनाउण वाली बड़ी वड्डी कंपनी है, कारां दा गड्डियां दा जो बाजार ही बड़ा वड्डा है संसार दे विच वेख्या जावे तां शायद फार्मास्यूटिकल तो बाद शायद दूजा नंबर इसे लाइन दे विच है। हाँ जी हाँ जी। तुसीं ओह जिहड़ी कंपनी है वह फायदा किवें उठा गई इस तकनीक का, 3 लाख करोड़ रुपया बना गई? एक लंबी कहानी है, मैं दसन लगा तो बहुत लंबी हो जानी, मैं तुम्हें नट सैल च दसदा कि वह की होया कि 2004 दे विच उन्होंने बॉस कंपनी को एक टेक्नीक लिया, एक सॉफ्टवेयर लिया, उस सॉफ्टवेयर का उन्होंने गलत इस्तेमाल किया जाके 2007-08 दे विच उन्होंने की किया अपनी कारां च वो सॉफ्टवेयर लाता, वह कारां च सॉफ्टवेयर जो उन्होंने लाया वह कारां ना देखण लग पईआं, सुनन लग पईआं, सुंघण लग पईआं, सोचण लग पईआं। जदों ही उन्होंने पोल्यूशन सेंटर से जाके खड़ा किया जाता सी ना तो वह पोल्यूशन करदियां ही नहीं सी। अच्छा। जो ही वो टेस्ट खत्म हो जाता है वो धड़ाधड़ 17 गुणा वध पोल्यूशन लैवल हो जाता है, उन्होंने नाइट्रोजन डाइऑक्साइड का लैवल 17 गुणा वध जाता है और ईवन रस्ते में खड़े होया भी इंस्पैक्टर जो उन्होंने देख लिया कार ने कि वो इंस्पैक्टर खड़ा कार को पता चल जाता है, जो ही इंस्पैक्टर रोकता ही वो कार जी सी कोई भी पोल्यूशन नहीं करती, वो रिपोर्ट आँदी सी क्लीन, उन्होंने कारा का नाम पै गया ग्रीन कार्स। और देखो वो कंपनी कि बड़ी है, Mercedes वह बना RDI वह बना की बोलते हैं BMW वह बना है, Volvo वह बना है, Skoda वह बना है, फिर उन्होंने अपना ब्रांड Volkswagen बहुत तगड़ा है। उस का उन्होंने की किया कि दुनिया जहान के लसेंस मिले उन्होंने, बाद उन्होंने नाम पै गया ग्रीन कार्स। लोगों ने यह कहा जी ये टेक्नोलॉजी का नवा शिखर आ गया, ये ना तो पोल्यूशन कर रही कारा, एवरेज भी इन्नी ज़्यादा दे रही, मुड़ के जो स्कैंडल का भंडा फोड़ हों 27 सितंबर 2015 जर्मनी दिया 2 अखबार बिल्ट तो डर स्पीगल छपदा है, अगले दिन 28 सितंबर 2015 दुनिया जहान दिया अखबारा वो Washington पोस्ट, न्यूयॉर्क टाइम्स और गार्जियन, लंडन मिरर, पराबदा है, चाइना डेली है, की कहें कीनिया ट्रिब्यू
ट्रिब्यून दुनिया जहान दी अखबारों के ये खबर छपदी आ सारे चैनल रसिया टुडे अल जजीरा BBC CNN सारिया के हल्ला मच जाता मेरे को 435 अखबारों की रिसर्च मैगजीना की लिस्ट पई आ जिद सारे स्कैंडल का वर्णन किया गया यदि टोटल वैल्यू अंकी गई $34 billion यानी 3 lakh crore तो ज़्यादा तो एडा बड़ा स्कैंडल Volkswagen ने किया वो टेक्नोलॉजी सी टेस्ट रिगिंग सॉफ्टवेयर वो इलेक्ट्रॉनिक दियाँ मशीन हूँ देखो तुहाडे कोल एक मोबाइल फोन तुहाडा फोन है तुहाडे कोल एक लैपटॉप है वो कदों किसी ने हाईजैक कर लेना कदों किसी ने मैनिपुलेट करना वो तो उन्होंने हाथ भी नहीं लाते ना वो तो पेचकस ना खोलते नहीं कभी है ना ही वो तुहाडे घर आउंदे आ मैनू अपना रिपेयर करने वास्ते अपना लैपटॉप दे दिओ इस तो बिना भी वो सारे हैक हो जाते हैं तो मशीना तो पईआं ही उन्होंने कोल ने वो कदों मर्जी खोल लैन पेचकस नाल तारां इधर दियां उधर जोड़ देन किहड़ा मर्जी सॉफ्टवेयर ला देन किहड़ा मर्जी सॉफ्टवेयर कढ लैन तुसां फिल्म देखी सी ना एक रोबो आई सी रोबो दे विच एक सॉफ्टवेयर कढ़िया दूजा सॉफ्टवेयर लाया तो रोबो अच्छे आदमी तो बुरा आदमी बन गया इदां ही ये मशीना ने यह मशीना का मशीना टैक्नोलॉजी जिहड़ी है जदों ही इहनूं गलत तरीके नाल इस्तेमाल किया जाएगा सॉफ्टवेयर नवें लाए जाएंगे हुण मान लो जे साडा इलैक्शन कमीशन ही हाईजैक हो जाए हाँ और इहो जिहा सॉफ्टवेयर उन्हां ने तो इहो ही कहना इन्ने पैसे चुको दसो तुहानूं किहड़े मुल्क च चाहिए ने किन्नियां जमीनां जायदादां किन्ने कंपनियां दे शेयर उन्होंने पहुंचा दिए जाएंगे एक विनोद राय खरीदया गया कला बंदा तो सरकार गिर गई ना 14 वाली अगर इलेक्शन कमीशन खरीदया गया तो कोई भी सरकार किसी वेले भी गिर सकती है असी तो एक चेतावनी दे रहे हैं सरकार को सलाह दे रहे हैं एक मशवरा दे रहे हैं एक बिनती कर रहे हैं कि ये मशीना बड़िया खतरनाक ने इन मशीना तो छुटकारा पवाओ इस देश का जिन्नी जल्दी हो सके बाकी इतिहासक तौर पर तुम्हें दस्या कि ईस्ट इंडिया कंपनी व्यापार करने आई थी तो देश में गुलाम बना लिया से बारे जानकारी तो बापू साहब दे सकते वधिया बापू जी जिस तरह डॉक्टर औलख के शब्दों के कि जोड़े ब्रिटिश सन जदों आए साडा देश जिहड़ा गुलाम हो गया तो एक नवी मुसीबत आ गई है जिहड़ी जिहड़ी तकनीक है EVM मशीन जो छेड़छाड़ हो गई देश गुलाम तक दी गल्लां कर रहे हैं नहीं तो हुंदे ही गुलाम है इस कोई शक नहीं टैक्नोलॉजी नाल किसी नूं डांग मारन नालों तकनीक नाल गुलाम करना सौखा है ना तो उत्थे थोड़ा कुछ लगता है ना उत्थे कतल हुंदा है तो ना तुसीं हाजिर हुंदे हो तकनीक ने अपना सारा कुछ करामात दिखा देनी हुंदी है तो इस करके इस जिहड़ा खतरा बहुत वड्डा है हुण उस वक्त जदों ईस्ट इंडिया कंपनी आई उदों डच भी आई सी फ्रांस की कंपनी आई सी आ पुर्तगीज पुर्तगाली आ गए सी आ पुर्तगाली आपां 1962 दे विच आपां तो खड़ा छुड़ाया है आपां हुण किसी ने पूछा ही नहीं भी पुर्तगाली थोड़े दे राज करदे आ मुगलां नालों पहलां उन्होंने राज स्थापित करता सी और किसी ने इन्हों के बरखिलाफ अज तक नहीं बोलिया कोई ना कहा भी साढ़े ते पुर्तगाली राज करते जिवें मासी के पुत हुंदे आ ना पक्की गल है आपां तां जिवें इक पंजाबी की कहावत आ ना आपां ओह लोक आ अज तां आपदी मां दे खसम नाल समझौता कर लैंदे आ जी दूजी तो गल छड्डो जिवें कहिंदे वी इक रात तां बंदा आपदी मां दे यार नूं वी टॉलरेट कर जांदा है असीं ओह बंदिआं दे विच्चों आ गए ठीक है ना इस करके असीं बहुत वड्डे हितां दी राखी करन वाले लोक नहीं क्योंकि साडा तां राजा भी बकाऊ वजीर बकाऊ अधिकारी बकाऊ व्यापारी बकाऊ पुजारी बकाऊ दरबारी बकाऊ तुसीं ईस्ट इंडिया कंपनी दे नाल जदों आपां लड़े आपां नहीं लड़े जदों वो अपने नाल लड़ी अपने ते कब्जा किया एक बंदे का नाँ ले दो भी ईस्ट इंडिया कंपनी का फलाना क्लर्क सी ना रिश्वत दे के आपके हक च कर लिया उन्होंने अपना राजा भी आपके हक च वजीर भी हक च पुजारी भी हक च दरबारी भी हक च व्यापारी भी हक च तुसीं हैरान होवोगे कि पंजाब का ओम चंद सी पंजाब का वो उत्थे पैसे दे के आया सी लॉर्ड क्लाइव नूं जगत सेठ सी जगत सेठ राजस्थान का उन्हें पैसे दिते फौजा दित्तियां कमाल नहीं कदे शकल नहीं वेखी अकल नहीं वेखी क्लर्क बंदा जिहड़ा तीन वारी जिन्हें आत्महत्या करने की कोशिश की ते चौथी वारी आत्महत्या करके ही मरिया उहदे कोले जाके इन्होंने पैसे भी दिते इन्होंने फौजा भी दित्तियां बंदे दिते देश नूं गुलाम करवाया जिहड़ी साडे देश की राज करदा उतली श्रेणी है ना उन्होंने कोई मतलब नहीं देश का जो कोई मर्जी दाड़ी पटते दे सानू चाहिए बिचों ये तो कुड़ियाँ तक पेश कर देंगे तो आप कहना भी सानू जी साड़िया जी धियाँ लै गया जी अबदाली जी साड़िया धियाँ जी लै गया एक बदमाश अबदाली का जरा नादर शाह उस तो पहला भी जोड़े गुलाम खान के बंदे आए थे ये तो खुद देंदे सी बाबे ने खुद कहा जिन सर सोहन पट्टियां मांगी पाए संदूर बाबे नानक ने अखी लिखी गल है अखी देखी से सिर काती मुनियन गल में आवै धूड़ है सेजा अंदर बैठियां बहन ना मेरे ना सुन जा किसी ने सेजा मार दी सी बैठना हुण औखा हो गया ते खुद जांदे सी अकबर नू ना बाबर नू असी सद्या
ਉਹ ਬਾਬਰ ਜਿਹੜਾ ਆਪਦੇ ਚਾਚੇ ਤਾਇਆਂ ਦੇ ਭਰਾਵਾਂ ਤੋਂ ਡਰ ਕੇ ਭੱਜ ਕੇ ਅਫਗਾਨਿਸਤਾਨ 'ਚ ਆ ਗਿਆ, ਉਹਨੂੰ ਕਿਹਾ ਤੂੰ ਸਾਡੇ ਕੋਲ ਆ, ਤੇਰੇ ਲਈ ਸਾਰਾ ਕੁਛ ਤਿਆਰ ਹੈ, ਲੜਕੀਆਂ ਧਨ ਹਿੰਦੁਸਤਾਨ ਤੈਨੂੰ ਸਾਰੀ ਚੀਜ਼ ਹੈ, ਆਨ ਬਾਨ ਸ਼ਾਨ ਹਿੰਦੁਸਤਾਨ ਸਭ ਕੁਛ ਭਾਈ ਸਾਹਿਬ ਤੂੰ ਲੈ, ਪਰ ਸਾਨੂੰ ਆਪਦੇ ਦਰਬਾਰ ਦੇ ਦੱਲੇ ਬਣਾ ਕੇ ਰੱਖ। ਆਹ ਸਾਡਾ ਧੰਦਾ ਸੀ ਔਰ ਬਣੇ ਦੱਲੇ। ਹੈਰਾਨ ਹੋ ਗਏ, ਮਹਾਰਾਣੇ ਪ੍ਰਤਾਪ ਦਾ ਦਾਦਾ ਰਾਣਾ ਸਾਂਗਾ ਵੀ ਬਾਬਰ ਨਾਲ ਸੀ। ਸੋਚ ਸਕਦੇ ਹੋ, ਲੋਧੀ ਖਾਨਦਾਨ ਦੇ ਬੰਦੇ ਬਾਬਰ ਨਾਲ ਸੀ, ਹਾਂਜੀ ਸਿਕੰਦਰ ਲੋਧੀ ਵਰਗੇ। ਇਸ ਕਰਕੇ ਸਾਡਾ ਧੰਦਾ, ਅਤੇ ਹੁਣ ਵੀ ਜਿਹੜੀਆਂ ਜਿੰਨੀਆਂ ਸਾਡੀਆਂ ਅਖੌਤੀ ਪਾਰਟੀਆਂ ਨੇ, ਮੈਂ ਦਾਅਵੇ ਨਾਲ ਕਹਿਣਾ ਇਹਨਾਂ 'ਚੋਂ ਇੱਕ ਵੀ ਬੰਦਾ ਦੇਸ਼ ਭਗਤ ਨਹੀਂ। ਹੋ ਸਕਦਾ ਗਲੈਕਸੀ ਸਾਹਿਬ ਨੂੰ ਇਹਨਾਂ 'ਚ ਕਿਸੇ 'ਚ ਦੇਸ਼ ਭਗਤੀ ਨਜ਼ਰ ਆਉਂਦੀ ਹੋਵੇ, ਮੈਨੂੰ ਪਤਾ ਇਹਨਾਂ 'ਚ ਕੋਈ ਦੇਸ਼ ਭਗਤ। ਮੈਂ ਇਹੀ ਕਹਿਣ ਲੱਗਿਆ ਸੀ ਕਿ ਡਾਕਟਰ ਔਲਖ ਤਾਂ ਕਹਿ ਰਹੇ ਨੇ RSS ਨੂੰ ਬੜੀਆਂ ਉਮੀਦਾਂ ਰੱਖ ਰਹੇ ਨੇ। ਉਹ ਕਹਿੰਦੇ ਆ ਵੀ ਅਸੀਂ ਰਾਸ਼ਟਰਵਾਦੀ ਹਾਂ, ਰਾਸ਼ਟਰਵਾਦੀ ਹੈ। ਹੋ ਸਕਦਾ ਰਾਸ਼ਟਰ ਬਰਬਾਦੀ ਹੋਵੇ, ਇਹ ਦੇਖਦੇ ਨੇ ਕਿਉਂਕਿ ਨੇੜੇ ਵੇਖੇ ਨੇ, ਅਸੀਂ ਇਹਨਾਂ ਦੀਆਂ ਕਰਤੂਤਾਂ ਵੇਖਦੇ ਹਾਂ। ਰਾਸ਼ਟਰਵਾਦ ਹੈ, ਹਿੰਦੂਤਵ ਹੈ, ਹਿੰਦੂ ਰਾਸ਼ਟਰਵਾਦ ਹੈ, ਕਿਹੋ ਜਿਹੇ ਸ਼ਬਦ ਘੜੇ ਨੇ। ਦੇਸ਼ ਇੱਕ ਹੈ, ਸਾਰੇ ਲੋਕ ਇੱਕ ਨੇ, ਕੰਮ ਦੇਸ਼ ਦੇ ਲਈ ਕਰਦੇ ਨੇ, ਲੋਕ ਦੇਸ਼ ਲਈ ਕੰਮ ਕਰਦੇ ਨੇ, ਇਹ ਦੇਸ਼ ਦਾ ਘਾਣ ਕਰਦੇ ਨੇ। ਜਦੋਂ ਸਰਕਾਰ ਦੇ ਵਿੱਚ ਆ ਜਾਂਦੇ ਨੇ, ਪਹਿਲਾਂ ਕਾਂਗਰਸ ਨੇ ਕਿੰਨਾ ਘਾਣ ਕੀਤਾ ਸੀ, ਰਿਕਾਰਡ ਹੈ ਨਾ, ਕਿੰਨੇ ਦੰਗੇ ਕਰਵਾਏ ਸੀ। ਆਹ ਤੁਹਾਡੇ ਪੰਜਾਬ ਦੇ ਵਿੱਚ ਅੱਤਵਾਦ ਕਿਹਨੇ ਫਰਵਾਇਆ ਸੀ, 40,000 ਤੋਂ ਵੱਧ ਨਿਰਦੋਸ਼ ਬੰਦਾ ਮਾਰਿਆ ਸੀ, ਮੁੱਛਾਂ ਵਾਲੇ ਬੰਦੇ ਉਹਨਾਂ ਨੇ ਖਰੀਦ ਲਏ ਵੱਡੇ ਵੱਡੇ, ਕੋਈ DGP ਬਣਾਤਾ, ਕੋਈ DIG ਬਣਾਤਾ, ਕਿਵੇਂ ਘਾਣ ਕਰਦੇ ਸੀ। ਘਰ 'ਚ ਉੱਤਰ ਜਾਂਦੇ ਸੀ, ਸਾਰਾ ਟੱਬਰ ਮਾਰ ਕੇ ਮਾਰ ਉਡਾਉਂਦੇ ਸੀ। ਜਿਹਦੇ ਘਰ 'ਚ ਉੱਤਰਦੇ 6-6 ਮਹੀਨਿਆਂ ਦੇ ਬੱਚੇ ਵੀ ਮਾਰੇ। ਆਪ ਹੀ ਅੱਤਵਾਦ ਪੈਦਾ ਕਰਨਾ, ਆਪ ਹੀ ਕਹਿਣਾ ਅਸੀਂ ਅੱਤਵਾਦ ਬਰਬਾਦ ਖਤਮ ਕਰਤਾ, ਆਪ ਹੀ ਇਹਦਾ ਵੇਖੋ, ਆਪ ਹੀ ਨਾਇਕ ਬਣ ਗਏ। ਇਸੇ ਤਰ੍ਹਾਂ ਇਹ ਕਰਤੂਤਾਂ ਅਸੀਂ ਕਰਨਗੇ ਇਹ, ਪਰ ਜਾਗਣਾ ਲੋਕਾਂ ਨੂੰ ਪਊਗਾ। ਭਾਰਤ ਮੇਰਾ ਜਿੱਥੇ ਤੱਕ ਅਸੂਲ ਹੈ ਵੀ ਭਾਰਤ ਦੀਆਂ ਕੋਈ ਵੀ ਰਾਜਨੀਤਿਕ ਪਾਰਟੀ ਭਾਰਤ ਦਾ ਫਾਇਦਾ ਨਹੀਂ ਕਰ ਰਹੀ। ਇਹਨਾਂ ਨੂੰ ਇੱਕੋ ਇੱਕ ਹਾਬੜ ਬਣਾ ਕੇ ਵੀ ਸਾਡੇ ਕੋਲ ਤਾਕਤ ਆਵੇ, ਤਾਕਤ ਲਈ ਇਹ ਕੁਝ ਵੀ ਗੁਨਾਹ ਕਰ ਸਕਦੀ ਔਰ ਕੀਤੇ ਆ ਤੁਹਾਡੇ ਸਾਹਮਣੇ ਕੀਤੇ।